ਤੇ ਛੁੱਟੀਆਂ ਹੈਗੀਆਂ ਸੀ 5 2 ਤੇ ਕੱਢ ਲੀਆਂ ਘਰੇ ਹੀ ਵੀ ਚੱਲ ਨੀਂਦ ਨੰਦ ਪੂਰੀ ਕੀਤੀ ਆ ਤੇ ਘਰੇ ਬੈਠੇ ਬੈਠੇ ਹੋ ਗਏ ਬੋਰ ਮੈਂ ਚੱਲ ਫਿਰ ਤਰਾਉਂਦੇ ਬਾਹਰ ਵੱਡੇ ਨੂੰ ਉਠਾਇਆ ਵੱਡਾ ਸੁੱਤਾ ਸੀਗਾ ਤੇ ਜਾਂਦੇ ਹਾਂ ਕਿਤੇ ਲੋਕਲ ਵੇਨੇ ਕੋਈ ਜਗ੍ਹਾ ਵਧੀਆ ਜੀ ਘੁੰਮ ਫਿਰ ਕੇ ਆਉਂਦੇ ਟਾਈਮ ਪਾਸ ਹੋ ਜੂ ਨਾਲੇ ਮੌਸਮ ਗਰਮੀ ਬੜੀ ਹੈ ਮੀਂਹ ਆਈ ਜਾਂਦਾ ਨਾਲ ਧੁੱਪ ਲੱਗੀ ਆ ਗਰਮੀ ਐਤਕੀ ਕੋਰੀਆ ਵਿੱਚ ਕਾਫੀ ਜ਼ਿਆਦਾ ਹੀ ਪਈ ਆ ਹਨਾ ਕਿਉਂ ਪੱਡਾ ਜੀ ਪੱਡਾ ਜੀ ਬਿਹਾਈਂਡ ਦਾ ਕੈਮਰਾ ਕੁਛ ਨਹੀਂ ਪਈ ਗਰਮੀ ਝੂਠ ਮਰੀ ਜਾਂਦਾ ਨਹੀਂ ਸੱਚੀ ਬਹੁਤ ਜ਼ਿਆਦਾ ਗਰਮੀ ਪਈ ਹੈ ਟੈਂਪਰੇਚਰ 34-35 ਹੁੰਦਾ ਪਰ ਫੀਲ ਲਾਈਕ 40-42 ਤਕਰੀਬਨ ਹੁੰਦਾ ਤੇ ਨਾਲੇ ਜਾਂਦੇ ਹਾਂ ਕਿਸੇ ਪਾਸੇ ਨੂੰ ਅਜੇ ਸਾਨੂੰ ਵੀ ਨਹੀਂ ਪਤਾ ਕਿੱਥੇ ਚੱਲੇ ਹਾਂ ਜਿੱਥੇ ਵੀ ਗਏ ਤੁਹਾਨੂੰ ਵਿਖਾਉਂਦੇ ਹਾਂ ਨਾਲੇ ਐਕਚੁਅਲੀ ਆਪਾਂ ਜਿਹੜੀਆਂ ਸਾਡੀਆਂ ਸਮਰ ਵਕੇਸ਼ਨ ਸੀ ਨਾ ਉਹ ਪਹਿਲਾਂ ਹੀ ਘੁੰਮ ਆਏ ਹਾਂ ਜਿਹੜੇ ਤੁਹਾਨੂੰ ਬੀਚ ਵਾਲੇ ਵਲੌਗ ਪਾਏ ਸੀਗੇ ਉਹ ਦੱਸੋ ਵੱਡੇ ਕਿੱਥੇ ਆਏ ਆਪਾਂ ਅਹੀਆਂ ਸਾਹਮਣੇ ਆਏ ਇੱਥੇ ਇਹ ਹੈਗਾ ਆਪਣੇ ਲਾਗੇ ਸਭ ਤੋਂ ਲਗਜ਼ਰੀ ਤੇ ਬਹੁਤ ਅੱਛਾ ਯੂ ਨੋ ਪੱਡਾ ਸਿੰਘ ਇੰਗਲਿਸ਼ ਵੈਰੀ ਗੁੱਡ ਆਈਲੈਟਸ 7 ਬੈਂਡ ਇੱਥੇ ਬੁਖਾਰ ਕਰਾਓ ਚੱਕ ਪਹਿਲਾਂ ਕਹਿੰਦੇ ਕਰੋਨਾ ਆ ਗਿਆ ਜੀ ਕਰੋਨਾ ਆ ਗਿਆ ਗੋਰੀਆ 'ਚ ਇੰਨਾ ਕੁਰਬਲ ਹੋਈ ਫਿਰਦੀ ਵੱਡੇ ਕਹਿੰਦੇ ਕਰੋਨਾ ਬੜਾ ਝੂਠ ਹੀ ਮਰੀ ਜਾਂਦੇ ਹੈ ਨਾ ਵੱਡਾ ਕਹਿੰਦਾ ਗੋਲਫ ਖੇਡਿਆ ਕਰਨੀ ਹੈ ਅਤੇ ਕੱਪੜੇ ਲੈਣੇ ਆ ਵੱਡਾ ਹੈ ਆਪਣਾ ਮਾਲਕ ਦਿੰਦਾ ਹੁੰਦਾ ਹੁਣ ਮਾਲਕ ਦੀ ਰੀਸ ਤਾਂ ਆਪਣੇ ਕੋਲ ਵੱਡੇ ਹੋਣੀ ਨਹੀਂ ਟੋਪੀ ਲੈ ਮੈਂ ਕਿੰਨਾ ਵਾਲੀ ਗੋਲਫ ਵਾਲੀ ਹੈ ਸਵੇਰੇ ਤੈਨੂੰ ਲੈ ਕੇ ਜਾਂਦਾ ਇੱਦਾਂ ਤੇਰੀ ਫੋਟੋ ਖਿੱਚ ਦੇਣੀ ਵੱਡੇ ਇਹ ਕੀ ਹੈ ਬੈਲਟ ਵੇਖੋ ਹੈ ਗੁਰੂ ਆ ਬੈਲਟ ਚੰਗੀ ਹੈ ਸਿੰਪਲ ਆ ਨਾ ਬੜੀ ਸਿੰਪਲ ਹੈ ਗੋਲਫ ਵਾਲੀਆਂ ਵਾ ਇਹ ਬੈਲਟ ਲੈ ਲੈਣੀ ਬਾਈ ਗੋਲਫ ਬਾਅਦ ਚ ਲੈ ਲੈ ਹਾਂ ਆਪਾਂ ਇਹ ਅੰਡਰ ਆਰਮਰ ਕਿ ਨਹੀਂ ਮਹਿੰਗਾ ਤੇ ਠੀਕ ਹੈ ਚੱਲ ਪਰ ਇਹ ਆ ਨਾ ਵੀ ਇਹਨਾਂ ਦੇ ਉਹ ਵੀ ਨਹੀਂ ਕਿੰਨੇ ਦਾ ਵਾ ਲਾਈਕ ਸਾਈਜ਼ ਇਹਨਾਂ ਦੇ ਬਹੁਤ ਲਾਈਕ ਓਵਰ ਫ੍ਰੀ ਸਾਈਜ਼ ਆ ਫ੍ਰੀ ਦੇ ਸਾਈਜ਼ ਇਹਨਾਂ ਦੇ ਚੀਜ਼ ਨਾ ਵੱਡੇ ਤੈਨੂੰ ਐਗਰੀ ਹੋਣਾ ਪਊਗਾ ਵੀ ਨਿਊ ਬੈਲੈਂਸ ਦੇ ਫਿਲਾਂ ਦੇ ਜਿਹੜੇ ਕੱਪੜੇ ਆ ਨਾ ਓਵਰ ਸਾਈਜ਼ਡ ਹੁੰਦੇ ਥੋੜ੍ਹੇ ਜਿਹੇ ਕਿ ਨਹੀਂ ਆਪਾਂ ਚੱਲ ਹੁਣ ਇੱਥੇ ਜਾਂਦੇ ਹਾਂ ਇਹ ਹੈਗਾ ਯੂਨੀਕਲੋ ਯੂਨੀਕਲੋ ਇਜ਼ ਦੀ ਬੈਸਟ ਬ੍ਰੈਂਡ ਇਨ ਦੀ ਕੋਰੀਆ ਸਭ ਤੋਂ ਵਧੀਆ ਮੰਨਿਆ ਜਾਣ ਵਾਲਾ ਬ੍ਰੈਂਡ ਆ ਯੂਨੀਕਲੋ ਨਾ ਛੇੜ ਤੂੰ ਐਵੇਂ ਜਵਾਕ ਨੂੰ ਹੈ ਲੋਕੇਸ਼ਨ ਬਹੁਤ ਵਧੀਆ ਯਾਰ ਸਾਡੇ ਇੱਥੇ ਹੈ ਨਾ ਆਪਣਾ ਜਿਹੜਾ ਹੁਣ ਲੇਟੈਸਟ ਪਲਾਨ ਬਣਿਆ ਈ ਮੈਟ ਜਾਣ ਦਾ ਬਿਕੋਜ਼ ਵੀ ਕਾਂਟ ਬਾਏ ਐਨੀਥਿੰਗ ਫਰੋਮ ਹੇਅਰ ਜੋ ਆਪਾਂ ਨੂੰ ਚਾਹੀਦਾ ਸੀ ਨਹੀਂ ਮਿਲਿਆ ਅਤੇ ਹੁਣ ਅਸੀਂ ਚੱਲੇ ਈ ਮਾਰਟ ਤੁਹਾਨੂੰ ਵਿਖਾਉਣੇ ਨਾਲ ਈ ਮਾਰਟ ਹੁਣ ਆਏ ਆਪਾਂ ਈ ਮਾਰਟ ਵਿਖਾਉਂਦੇ ਤੁਹਾਨੂੰ ਅੰਦਰ ਜਾ ਕੇ ਮੌਸਮ ਪੂਰਾ ਵਧੀਆ ਹੋਇਆ ਪਿਆ ਇੱਥੋਂ ਕਰੋ ਬੁਖਾਰ ਚੈੱਕ ਇਹਨਾਂ ਨੇ ਆਹ ਸਿਸਟਮ ਕਰਤਾ ਹੁਣ ਨਾ ਫੋਨ ਨੰਬਰ ਇੱਥੇ ਲਿਖਿਆ ਹੁੰਦਾ ਹਰੇਕ ਮਾਲ 'ਤੇ ਜਾਂ ਮਾਰਟ 'ਤੇ ਆਹੜੇ ਨੰਬਰ 'ਤੇ ਮਿਸ ਕਾਲ ਕਰ ਦਿਓ ਬਸ ਉਹਨਾਂ ਨੂੰ ਤੁਹਾਡਾ ਪਤਾ ਲੱਗ ਜਾਂਦਾ ਲੋਕੇਸ਼ਨ ਦਾ ਜਾਂ ਕਿੱਦਾਂ ਵੀ ਆ ਸਾਰਾ ਕੁਛ ਵੀ ਤੁਸੀਂ ਕਿੱਥੇ ਕਿੱਥੇ ਘੁੰਮੇ ਜੇ ਤਾਂ ਵੀ ਵਿਊਬਰੋ ਕਿਹੜੀ ਪੀਣੀ ਜੇ ਕਿਹੜੀ ਪਈ ਹੈ ਵੱਡਿਆ ਇਹਨਾਂ ਨੂੰ ਭਰਾ ਨਾ ਹੀ ਪੀਂਦੇ ਨਾ ਪਿਆਉਂਦੇ ਨਾ ਕਦੀ ਕਦੀ ਪੀ ਲੈਣੀ ਚਾਹੀਦੀ ਚੱਲ ਹੈਗੀਆਂ ਸਾਰੀਆਂ ਜੀ ਇੱਥੇ ਹੈਂ ਕਿਹੜੀ ਪੀਣੀ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਜ਼ਰੂਰ ਲੈ ਕੇ ਭੇਜਾਂਗੇ ਬੈਲਨਸਟਾਈਨ ਪੀਣੀ ਆ ਬਲੈਕ ਲੇਬਲ ਗੋਲਡ ਲੇਬਲ ਹੈਂ ਜੇਮਸਨ ਜੇਮਸਨ ਪੀਣੀ ਆ ਗਲੈਨ ਫੀਡਿਕ ਪੀਣੀ ਆ ਕਿਹੜੀ ਪੀਣੀ ਆ ਉਹ ਕਿੱਥੇ ਆ ਵੱਡੇ ਜਾਗਰ ਮਿਊਫਰ ਜੀ ਆਹ ਪੀਣੀ ਆ ਦੱਸੋ
ਸਿੰਘਾਂ ਵਾਲੀ ਜਿਹਨੂੰ ਕਹਿ ਦਿੰਦੇ ਆ ਬੰਬੇ ਸਫਾਇਰ ਪਈ ਆ ਉਦਾਂ ਜਿਹੜੇ ਪੀਣ ਵਾਲੇ ਆ ਨਾ ਬੰਦੇ ਪੀਣ ਦੇ ਸ਼ੌਕੀਨ ਆ ਜ਼ਰੂਰ ਟਰਾਈ ਕਰਿਓ ਆਪਾਂ ਤਾਂ ਚੱਲ ਨਹੀਂ ਪੀਦੀ ਕਿਉਂ ਵੱਡਾ ਜੀ ਨਹੀਂ ਜਿਹੜੇ ਦੇ ਪੀਣ ਦੇ ਸ਼ੌਕੀਨ ਆ ਮੇਰੇ ਵੀਰ ਇੰਡੀਆ ਦੇ ਜਾਂ ਜਿੱਥੇ ਵੀ ਆ ਆਹ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਐਂ ਲੌਂਗ ਇਲਾਚੀ ਵਾਲਾ ਸਵਾਦ ਤੁਹਾਨੂੰ ਨਾ ਆਇਆ ਤਾਂ ਗੱਲ ਕਰਿਓ ਜਿਹੜੀ ਪਾਸਪੋਰਟ ਸਕੋਚ ਹਾਂ ਜਾਨੀ ਵਾਕਰ ਦਾਰੂ ਬਹੁਤ ਤਰ੍ਹਾਂ ਦੀ ਹਾਂ ਕੋਈ ਚਾਈਨੀਜ਼ ਦਾਰੂ ਆ ਕੋਰੀਅਨ ਦਾਰੂ ਇੰਡੀਅਨ ਦਾਰੂ ਮਿਲਦੀ ਆ ਕਿੱਥੇ 100 ਪਾਈਪਰ ਵੀ ਹੈਗੀ ਆ ਆਹੋ ਆਹ ਪਈ ਓ 100 ਪਾਈਪਰ ਵੀ ਹੈਗੀ ਜੀ 11,000 ਅੱਗੇ ਮਹਿੰਗੀ ਹੁੰਦੀ ਸੀ 13-14 ਦੀ ਹੈ ਨਾ ਹੁਣ 11 ਦੀ ਕਰਤੀ ਯਾਨੀ ਕਿ ਇੰਡੀਆ ਦੇ ਕੋਈ 6-7.5 ਦੀ ਆ ਡੀਰ ਵਾਲੇ ਤਾਂ ਇਹਨਾਂ ਨੇ ਉਹ ਵੱਡੇ ਜਿਹੜੇ ਹੁੰਦੇ ਨਾ ਡਰਾਮੀ ਭਰ ਰੱਖੇ ਜੀ ਪਾਈਪਰ ਬਹੁਤ ਜ਼ਿਆਦਾ ਤਰ੍ਹਾਂ ਦੀਆਂ ਬੀਰਾਂ ਵਾ ਯਾਰ ਆ ਸਾਰੀਆਂ ਬੀਰਾਂ ਉੱਥੇ ਤੱਕ ਹੈ ਨਹੀਂ ਕਹਿੰਦਾ ਇੱਧਰ ਸਭ ਵਾਈਨ ਆ ਦੂਰ ਦੂਰ ਤੱਕ ਇੱਧਰ ਵੀ ਲੈਣਾ ਲੂਣਾ ਤੁਸੀਂ ਇਹ ਕੁਛ ਨਹੀਂ ਉੱਦਾਂ ਘੁੰਮਣ ਫਿਰਨਾ ਹੈ ਮੈਂ ਚਲੋ ਤੁਹਾਨੂੰ ਵੀ ਵਿਖਾ ਦਈਏ ਕੋਰੀਆ ਥੋੜ੍ਹਾ ਬਹੁਤ ਜਿੰਨਾ ਕੁ ਵਿਖਾ ਸਕਦੇ ਹਾਂ ਸੋ ਫਿਰ ਵੀ ਆਪਾਂ ਲੈ ਲਿਆ ਥੋੜ੍ਹਾ ਬਹੁਤ ਘਰ ਦਾ ਸਮਾਨ ਆਪਣੇ ਦਾ ਅਤੇ ਹੁਣ ਮੀਂਹ ਆਉਣ ਲੱਗ ਪਿਆ ਵਾਪਸੀ ਆ ਈ ਮਾਰਟ ਤੋਂ ਬਾਰਿਸ਼ ਹੋ ਗਈ ਸਟਾਰਟ ਆਪਾਂ ਗਏ ਵਾਪਸ ਖਾ ਪੀ ਵੀ ਲਿਆ ਸੋ ਵੈਦਰ ਪੂਰਾ ਗੁੱਡ ਹੋ ਗਿਆ ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ ਆ ਬਾਕੀ ਕਿਵੇਂ ਲੱਗਾ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ